ਬਠਿੰਡਾ ਦੇ ਸਿਟੀ ਹਸਪਤਾਲ ਤੇ ਇੱਕ ਔਰਤ ਨੇ ਗੰਭੀਰ ਦੋਸ਼ ਲਾਏ ਨੇ। ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਡਿਲੀਵਰੀ ਕਰਾਉਣ ਲਈ ਸਿਟੀ ਹਸਪਤਾਲ ਗਈ ਸੀ ਤੇ ਹਸਪਤਾਲ ਦੇ ਡਾਕਟਰਾਂ ਵੱਲੋਂ ਅਲਟਰਾਸਾਊਂਡ ਦੀ ਰਿਪੋਰਟ ਤੋਂ ਬਾਅਦ ਦੋ ਬੱਚੇ ਹੋਣ ਦੀ ਪੁਸ਼ਟੀ ਕੀਤੀ ਗਈ ਸੀ, ਪਰ ਡਿਲੀਵਰੀ ਦੇ ਬਾਅਦ ਉਹਨਾਂ ਨੂੰ ਇੱਕ ਬੱਚਾ ਲੜਕੀ ਹੀ ਦਿੱਤੀ ਗਈ। ਪੀੜਤ ਮਹਿਲਾ ਤੇ ਉਸਦੇ ਪਤੀ ਨੇ ਹਸਪਤਾਲ ਤੇ ਬੱਚਾ ਚੋਰੀ ਕਰਨ ਦੇ ਗੰਭੀਰ ਦੋਸ਼ ਲਾਏ ਨੇ। ਮਾਮਲਾ ਜੀ ਬੱਚੇ ਦਾ ਜੀ, ਦੋ ਬੱਚੇ ਦੱਸੇ ਸੀ ਜੀ ਇਹਨਾਂ ਨੇ, ਇੱਕ ਬੱਚਾ ਮੈਂ ਦੇਖਿਆ ਜੀ, ਦੂਸਰੇ ਬੱਚੇ ਬਾਰੇ ਧੋਣ ਨਹੀਂ ਚੱਕਣ ਦੇ ਦਿਨ ਡਾਕਟਰ ਸਾਹਿਬ ਨੇ ਮੈਨੂੰ ਕੁਛ ਖੁਦ ਪੁੱਛਿਆ ਜੀ ਤੁਹਾਨੂੰ ਬੇਟਾ ਚਾਹੀਦਾ ਕਿ ਬੇਟੀ, ਮੇਰੀ ਆਵਾਜ਼ ਨਹੀਂ ਨਿਕਲੀ। ਉਸ ਤੋਂ ਬਾਅਦ ਕੋਈ ਦਵਾਈ ਛੱਡੀ, ਮੈਨੂੰ ਬੇਹੋਸ਼ ਕਰਤਾ, ਉਸ ਤੋਂ ਬਾਅਦ ਮੈਨੂੰ ਕੁਛ ਨਹੀਂ ਪਤਾ ਹੈਗਾ, ਮੇਰੇ ਅੱਖਾਂ ਦੇ ਹਨੇਰਾ ਜਿਹਾ ਛਾ ਗਿਆ ਜੀ। ਸਿਟੀ ਹੋਸਪਿਟਲ ਆ ਜੀ, ਡਾਕਟਰ ਤੇ ਡਾਕਟਰ ਨਹੀਂ ਆ ਜੀ, ਦੋਨੇ ਉਹੀ ਕਰਦੇ ਜਿਹੜੇ ਉੱਥੋਂ ਦੇ ਜੀ, ਆਇਆ ਜੀ ਜੁੜਵੇ ਬੱਚੇ ਆਏ ਜੀ, ਦੋ ਬੱਚੇ ਦੱਸੇ ਗਏ ਆ ਜੀ ਤੁਹਾਨੂੰ। ਮੇਰਾ ਨਾਮ ਬਲਮੀਤ ਸਿੰਘ ਹੈ। ਕੀ ਮਾਮਲਾ ਹੋਇਆ ਜੀ? ਮਾਮਲਾ ਇਹ ਸੀ ਕਿ ਜੀ ਅਸੀਂ ਮੇਰੀ ਵਿੱਚ ਘਰਵਾਲੀ ਦੇ ਬੱਚਾ ਆਉਣ ਵਾਲਾ ਸੀ, ਅਸੀਂ ਅਲਟਰਾਸਾਊਂਡ ਕਰਾਈ ਸੀ ਅਤੇ ਅਲਟਰਾਸਾਊਂਡ ਦੇ ਵਿੱਚ ਕੀ ਦੋ ਬੱਚੇ ਸ਼ੋਅ ਕੀਤੇ ਗਏ ਹੈ। ਉਹਦੇ ਵਿੱਚ ਡਾਕਟਰ ਪਲੰਪਾਲ ਹੈ ਜਿਹਨਾਂ ਦਾ, ਉਹਨਾਂ ਦੀ ਰਿਪੋਰਟ ਸੀਗੀ ਵੀ ਦੋ ਬੱਚੇ ਹੈ। ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਜਿਹਨਾਂ ਤੋਂ ਅਸੀਂ ਕੇਸ ਕਰਾਇਆ ਸਿਟੀ ਹੋਸਪਿਟਲ ਵਾਲਿਆਂ ਤੋਂ, ਉਹਨਾਂ ਨੇ ਸਾਡੇ ਨਾਲ ਵੀ ਜਦ ਚੈੱਕ ਕਰਨ ਤੋਂ ਪਹਿਲੇ ਲੈ ਕੇ ਗਏ, ਉਹ ਕਹਿੰਦੇ ਚੈੱਕ ਕਰਨਾ ਹੈ। ਚੈੱਕ ਕਰਨ ਤੋਂ ਬਾਅਦ ਉਹਨਾਂ ਕਿਹਾ ਕਿ ਵੀ ਦੋ ਬੱਚੇ, ਇੱਕ ਦੀ ਧੜਕਣ ਮਿਲ ਰਹੀ, ਇੱਕ ਦੀ ਨਹੀਂ ਮਿਲ ਰਹੀ। ਉਹਦੇ ਬਾਅਦ ਇਹਨਾਂ ਨੇ ਕੀ ਕੀਤਾ, ਜਦੋਂ ਪੁਜੀਸ਼ਨ ਕਰਨ ਤੋਂ ਬਾਅਦ ਸਾਨੂੰ ਇਹਨਾਂ ਨੇ ਇੱਕ ਬੱਚਾ ਦਿੱਤਾ। ਉਹਦੇ ਬਾਅਦ ਅਸੀਂ ਪੁੱਛਿਆ ਕਿ ਬਈ ਕਹਿੰਦੇ ਵੀ ਕੁੜੀ ਲੈਣੀ ਕਿ ਮੁੰਡਾ ਲੈਣਾ? ਅਸੀਂ ਕਿਹਾ ਨਹੀਂ, ਕੋਈ ਜੋ ਕੁਛ ਵੀ ਹੈ ਸਾਨੂੰ ਮਿਲੇ, ਸਿੱਖ ਸੰਤ ਹੋਵੇ ਸਾਰਾ, ਜਿਹੜਾ ਵੀ ਸਹੀ ਹੈ ਬੱਚਾ ਉਹ ਮਿਲ ਜਾਏ। ਮੈਮ ਕੀ ਨਾਮ ਹੈ ਜੀ ਤੁਹਾਡਾ? ਡਾਕਟਰ ਆਸ਼ਾ। ਅੱਜ ਇੱਕ ਮੈਟਰ ਹੋਇਆ, ਕੀ ਮਾਮਲਾ ਸੀਗਾ ਜੀ? ਦੇਖੋ ਜੀ, ਪੇਸ਼ੈਂਟ ਆਪਣੇ ਕੋਲ ਨਾ 8 ਜੂਨ ਨੂੰ ਆਇਆ ਹੈਗਾ, ਇਹਨੇ ਜਦੋਂ ਵੀ ਪੇਸ਼ੈਂਟ ਆਉਂਦਾ ਸਾਡੇ ਕੋਲ ਅਸੀਂ ਸਾਰੀ ਰਿਪੋਰਟਾਂ ਵਗੈਰਾ ਸਭ ਤੋਂ ਪਹਿਲਾਂ ਰਿਵਿਊ ਕਰਦੇ ਹਾਂ, ਠੀਕ ਹੈ। ਉਹਨਾਂ ਨੇ ਆਪਣੀ ਸਾਰੀ ਰਿਪੋਰਟਾਂ ਦਿਖਾਈਆਂ ਜੀ। ਪੇਸ਼ੈਂਟ ਪਹਿਲਾਂ ਜੋ ਅਲਟਰਾਸਾਊਂਡ ਹੋਇਆ ਹੈਗਾ, ਪਹਿਲੀ ਅਲਟਰਾਸਾਊਂਡ ਰਿਪੋਰਟ ਅਸੀਂ ਦੇਖੀ, ਉਹ ਹੋਈ ਹੈ ਇਹਨਾਂ ਦੀ 25 ਜਨਵਰੀ ਨੂੰ। ਉਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਅਲਟਰਾਸਾਊਂਡ ਰਿਪੋਰਟ ਵਿੱਚ 13 ਹਫ਼ਤੇ ਦੀ ਪ੍ਰੈਗਨੈਂਸੀ ਇੱਕ ਬੱਚੇ। ਫਿਰ ਦੂਜੀ ਰਿਪੋਰਟ ਮੈਂ ਚੱਕੀ, ਦੂਜੀ ਰਿਪੋਰਟ ਵਿੱਚ ਇਹ ਹੋਈ ਹੈ 1 ਮਾਰਚ ਨੂੰ, ਉਹਦੇ ਵਿੱਚ ਉਹਨਾਂ ਨੇ ਲਿਖਿਆ 19 ਹਫ਼ਤੇ ਦਾ ਬੱਚਾ, ਇੱਕ ਬੱਚਾ, ਸਿੰਗਲ ਜਨ ਪ੍ਰੈਗਨੈਂਸੀ ਆਪਾਂ ਕਹਿੰਦੇ ਹਾਂ, ਸਿੰਗਲ ਬੱਚਾ। ਅਤੇ ਜਦੋਂ ਮੈਂ ਤੀਜੀ ਰਿਪੋਰਟ ਚੱਕੀ ਇਹਨਾਂ ਦੇ ਫਾਈਲ ਵਿੱਚ, ਅਤੇ ਉਸੇ ਦਿਨ ਉਹ ਅਲਟਰਾਸਾਊਂਡ ਕਰਾ ਕੇ ਆਏ ਸੀਗੇ 8 ਜੂਨ ਦੀ ਅਲਟਰਾਸਾਊਂਡ ਰਿਪੋਰਟ ਵਿੱਚ, ਉਹਨਾਂ ਨੇ ਸ਼ੋਅ ਕੀਤਾ ਟਵਿਨ ਪ੍ਰੈਗਨੈਂਸੀ, ਟਵਿਨ ਦਾ ਮਤਲਬ ਹੁੰਦਾ ਜੁੜਵਾਂ ਬੱਚੇ, ਠੀਕ ਹੈ। ਅਤੇ ਮੈਂ ਉਹਨਾਂ ਨੂੰ ਪੇਸ਼ੈਂਟ ਨੂੰ ਫਿਰ ਮੈਂ ਚੈੱਕ ਕੀਤਾ, ਪੇਸ਼ੈਂਟ ਨੂੰ ਜਦੋਂ ਮੈਂ ਚੈੱਕ ਕੀਤਾ, ਮੈਨੂੰ ਇੱਕ ਹਾਰਟ ਬੀਟ ਮਿਲੀ ਬੱਚੇ ਦੀ। ਮੈਂ ਇਹਨਾਂ ਨੂੰ ਕਹਿਤਾ ਉਹਦੇ ਹਸਬੈਂਡ ਨੂੰ ਬੁਲਾ ਕੇ, ਮੈਂ ਕਿਹਾ ਦੇਖੋ ਪੁਰਾਣੀਆਂ ਅਲਟਰਾਸਾਊਂਡ ਰਿਪੋਰਟਾਂ ਵਿੱਚ ਇੱਕ ਇੱਕ ਬੱਚਾ ਹੈਗਾ, ਅਤੇ ਹੁਣ ਇਹਦੇ ਵਿੱਚ ਪਤਾ ਨਹੀਂ ਦੋ ਕਿਵੇਂ ਹੈਗੇ ਆ, ਲੇਕਿਨ ਮੈਨੂੰ ਧੜਕਣ ਦੀ ਕਮਿਊਨਿਟੀ ਪਈ ਹੈ, ਅਤੇ ਐਮਰਜੈਂਸੀ ਮੈਨੂੰ ਉਹਦੇ ਓਪਰੇਸ਼ਨ ਕਰਨਾ ਪਿਆ ਬੱਚੇ ਦਾ। ਅਤੇ ਜਦੋਂ ਆਪਾਂ ਡਿਲੀਵਰੀ ਕੀਤੀ ਹੈ, ਇੱਕ ਬੱਚਾ ਨਿਕਲਿਆ। ਇਸ ਵੇਲੇ ਅਸੀਂ ਬਠਿੰਡਾ ਦੇ 80 ਫਿਟੀ ਰੋਡ 'ਤੇ ਮੌਜੂਦ ਹੈ, ਜਿੱਥੇ ਇੱਕ ਔਰਤ ਬਲਵਿੰਦਰ ਕੌਰ, ਉਮਰ ਕਰੀਬ 38 ਸਾਲ, ਨੇ ਆਰੋਪ ਲਗਾਏ ਨੇ ਸਿਟੀ ਹਸਪਤਾਲ ਦੇ ਉੱਤੇ। ਅਸੀਂ ਉਸੇ ਸਿਟੀ ਹਸਪਤਾਲ ਦੇ ਬਾਹਰ ਮੌਜੂਦ ਹੈ। ਇਹ ਉਹ ਸਿਟੀ ਹਸਪਤਾਲ ਹੈ ਜਿਸ ਹਸਪਤਾਲ 'ਤੇ ਬਲਵਿੰਦਰ ਕੌਰ, ਜੋ ਕਿ ਗਰਭਵਤੀ ਸੀ, ਜਿਸਨੇ ਆਪਣੀ ਡਿਲੀਵਰੀ ਕਰਵਾਈ ਸੀ, ਇਸੇ ਹਸਪਤਾਲ ਵਿੱਚ ਕਰਵਾਈ ਸੀ, ਅਤੇ ਬੜੇ ਹੀ ਸੰਗੀਨ ਆਰੋਪ ਲਗਾਏ ਨੇ। ਬਲਵਿੰਦਰ ਕੌਰ ਨੇ ਆਰੋਪ ਲਗਾਉਂਦਿਆਂ ਸਾਨੂੰ ਦੱਸਿਆ ਕਿ ਉਸ ਦੀ ਪ੍ਰੈਗਨੈਂਸੀ ਦੇ ਦੌਰਾਨ ਅਲਟਰਾਸਾਊਂਡ ਰਿਪੋਰਟ ਦੇ ਵਿੱਚ ਇੱਕ ਬੇਬੀ ਪਹਿਲਾਂ ਆਇਆ ਸੀ, ਅਤੇ ਲਾਸਟ ਜਿਹੜੀ ਰਿਪੋਰਟ ਹੋਈ ਸੀ ਉਸ ਦੇ ਵਿੱਚ ਟਵਿਨਸ ਬੇਬੀ ਸੀ, ਮਗਰ ਜਦੋਂ ਡਿਲੀਵਰੀ ਇਸ ਹਸਪਤਾਲ ਵੱਲੋਂ ਕੀਤੀ ਗਈ ਤਾਂ ਉਸ ਨੂੰ ਇੱਕ ਬੇਬੀ ਲੜਕੀ ਹੀ ਦਿੱਤੀ ਗਈ। ਇਹ ਫਿਲਹਾਲ ਹਜੇ ਇੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਕਾਰਨ ਹੈ, ਦੋ ਬੱਚੇ ਸੀ ਜਾਂ ਫਿਰ ਇੱਕ ਬੱਚੇ ਸੀ। ਜੁਗਨੂ ਸ਼ਰਮਾ, A1 ਪੰਜਾਬੀ TV, ਬਠਿੰਡਾ।